हाँ जी, सत श्री अकाल जी सारे। वधिया फार्म यूट्यूब चैनल पर तुहाडा स्वागत है जी। किसान वीरों, अज की वीडियो जी आप बना रहे हैं पिंड लखूवाल, तहसील अजनाला, जिला अमृतसर। अगे भी इस घर के वीडियो दिखाई दी, तो अज भी जीडिया तू चार गावं तो एक मझ जी तू दिखाई है। तो हम गलबात आप भीर जी उन्होंने करते हैं, तो पूछते हैं सारी डिटेल। कुछ तुम सोए पशु खावे तो कुछ तुम गबन दिखावे। तो वीडियो शुरू करने तो पहले जिहड़े वीर ने चैनल हाले तक सबसक्राइब नहीं किया, चैनल सबसक्राइब जरूर कर देन, वीडियो लाइक तो शेयर जरूर कर देन। हाँ जी वीर जी, सत श्री अकाल जी। होर सुनाओ की हाल चाल जी? ठीक ठाक। वाह वाह, जिन्हें बाद दर्शन दिते जी। दर्शन फिर तुम पता इतना ही माल उतरा वेखदा होगदा जांदा। ठीक है, तो अज फिर लग गए आए हैं, चलो ਤਾਰੇ ਦਰਸ਼ਨ ਕਰੀ ਜੇ ਤਾਂ ਮੈਂ ਵੀ ਚਲ ਆ ਜਾਉ, ਕੋਈ ਗੱਲ ਨਹੀਂ। ਠੀਕ ਆ, ਤੇ ਨਾਮ ਇੱਕ ਵਾਰੀ ਦੱਸ ਦਿਓ ਆਪਣਾ। ਨਾਮ ਗੁਰਪ੍ਰੀਤ ਸਿੰਘ ਜੀ। ਹਾਂਜੀ, ਪਿੰਡ ਲਖੂਵਾਲ ਤੇ ਤਹਿਸੀਲ ਜਨਾਲਾ। ਹਾਂਜੀ, ਤੇ ਜ਼ਿਲ੍ਹਾ ਅੰਮ੍ਰਿਤਸਰ ਆਪਣਾ, ਤੇ ਫੋਨ ਨੰਬਰ ਬੋਲ ਦਿਓ। 99144। ਹਾਂਜੀ, 6051। ਠੀਕ ਹੈ ਜੀ। ਤੇ ਅੱਜ ਮੱਝ ਆਪਣੇ ਇੱਕ ਬੜੀ ਅਲੱਗ ਜੀ ਵੈਰਾਈਟੀ ਦੀ ਹੈ। ਹਾਂਜੀ, ਸਿੰਘ ਛੋਟੀ ਜੇ। ਅੱਛਾ, ਬਾਕੀ ਠੰਡੀ ਧਰੀ ਨਹੀਂ ਹੈ। ਦੁੱਧ 11 ਸਾਢੇ 11 ਕਿਲੋ ਹੋਊਗਾ, ਪਰ 10 ਕਿਲੋ ਦੀ ਗਰੰਟੀ ਆ। ਅੱਛਾ, ਇਤਰਾ ਤੁਸੀਂ ਭਾਵੇਂ ਥਾਪੀ ਮਾਰ ਕੇ ਥੱਲੇ ਬਹਿ ਜਾਓ। ਅੱਛਾ, ਇਤਰਾ ਨਹੀਂ ਹਿਲਣਾ ਨੇ। ਠੀਕ ਹੈ, ਆ ਦੇ ਸਕਦੇ ਇਤਰਾ ਹੀ ਭਾਵੇਂ ਧਾਰ ਦੋ। ਆ ਦੇ ਲੋ, ਆ ਦੇ ਸਕਦੇ ਜੀ। ਆ ਚੀਜ਼ ਜਿਹੜੀਆਂ ਮੱਝਾਂ 'ਚ ਜਿਹੜੀਆਂ ਵਾ, ਬੜਾ ਵਾਧੇ ਵਾਲੀਆਂ ਚੀਜ਼ਾਂ। ਭਾਵੇਂ 3 ਵਾਰਾਂ ਦੇ ਵੀ ਚੋਲੋ। ਅੱਛਾ, ਇਤਰਾ ਜਿਹੜੀ ਆ ਦੇਖ ਸਕਦੇ, ਬੜੇ ਰਮਾਨ ਨਾਲ ਜਿਹੜੀ ਖਲੋਤੀ ਆ, ਕੋਈ ਹਿੱਲ ਜੁੱਲ ਨਹੀਂ, ਕੋਈ ਕੁਝ ਨਹੀਂ, ਬਿਲਕੁਲ ਠੰਡੀ ਤੇਰੀ। ਅੱਛਾ, ਤੇ ਇਹ ਬਿਲਕੁਲ ਨਹੀਂ ਵੀਰ ਜੀ ਹਿਲਦੀ ਇਤਰਾ ਬੈਠਾ? ਠੀਕ ਹੈ, ਭਾਵੇਂ ਕੋਈ ਨਿਆਣਾ ਬਹਿ ਜਾਏ, ਭਾਵੇਂ ਕੋਈ ਨਿਆਣਾ ਬਹਿ ਜਾਏ, ਸਿਆਣਾ ਬਹਿ ਜਾਏ, ਨਹੀਂ ਚਲੋ ਕੋਈ ਗੱਲ ਨਹੀਂ। ਆ ਪੁੱਤ ਬਹੀਂ ਥੱਲੇ। ਆ ਵੇਖ ਵੀਰ ਜੀ, ਉਹਨਾਂ ਦੇ ਬੇਟੇ ਵੀਰ ਜੀ ਨੇ ਕਹਿੰਦੇ ਕਿ ਆ ਦੇਖ, ਆ ਦੇਖ ਸਕਦੇ ਜੀ, ਭਾਵੇਂ ਕੋਈ ਨਿਆਣਾ ਬਹਿ ਜਾਏ, ਜਿਸ ਤਰ੍ਹਾਂ ਮਰਜ਼ੀ ਕੋਈ ਬਹਿ ਜਾਏ। ਠੀਕ ਹੈ ਜੀ, ਠੀਕ ਹੈ, ਇਹ ਵੀ ਚੀਜ਼ ਦਾ ਬੜਾ ਵਾਧਾ ਹੈ। ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ? ਫਿਰ ਆਪਾਂ ਮੰਨ ਲਓ ਦੁੱਧ 11 ਸਾਢੇ 11 ਕਿਲੋ, 10 ਕਿਲੋ ਦੀ ਗਰੰਟੀ ਹੈ ਜੇ ਕਿਨੇ ਇਤਰਾ ਮੰਗਾਉਣੀ ਹੋਵੇ। ਠੀਕ ਹੈ, ਤੇ ਸੂਆ ਕਿੰਨਾ ਜੀ? ਸੂਆ ਦੂਜਾ ਜੀ, ਦੂਸਰਾ ਸੂਆ ਹੈ। ਤੇ ਕਿੰਨਾ ਚਿਰ ਹੋਇਆ ਜੀ ਸੂਈ ਨੂੰ? ਸੂਈ ਨੂੰ ਮੰਨ ਲਓ 20 ਦਿਨ ਤੁਸੀਂ ਲਾ ਲਓ, 18 19 ਦਿਨ, 20 ਦਿਨ ਲਾ ਲਓ ਹੋ ਗਏ ਆ। ਠੀਕ ਹੈ, ਤੇ ਇਹਦਾ ਮੁੱਲ? ਮੁੱਲ ਇਹਦਾ 70 ਜੀ। ਹਾਂਜੀ, ਤੇ ਦੋ ਛੱਡ ਦਾਂਗੇ, 68 ਤੇ ਦੋਗੇ, 68 ਦੀ ਦੇ ਦਾਂਗੇ, ਮਾਨ ਤੈਨੂੰ ਜੋ ਵਿੱਚ ਉੱਚੋਂ ਵੀ ਹੋ ਜਾਊਗਾ ਤੇਰਾ। ਠੀਕ ਹੈ ਜੀ, ਥਾਣੇ ਦੇ ਤੁਹਾਨੂੰ ਇੱਕ ਰੀ ਲੱਗੇ ਤਾਂ ਦਿਖਾ ਦਈਏ ਜੀ। ਹਾਂਜੀ ਠੀਕ ਹੈ ਵੀ ਜੀ, ਲਿਆ ਖੋਲੋ ਫਿਰ ਤੋਰੀਏ ਇੱਕ ਰੀ। ਆ ਦੇ ਸਕਦੇ ਜੀ, ਬਾਕੀ ਜਿਹੜੀ ਠੰਡੀ ਤੀਰੀ ਪੂਰੀ, ਇੱਕ ਇੱਕ ਸਿੰਘ ਜਿਹੜਾ ਇਹਦਾ ਠਾਣ ਵਾ, ਤੇ ਇੱਕ ਸਿੰਘ ਇਹਦਾ ਜਿਹੜਾ ਤਾਹਣ ਵਾ। ਆ ਦੇਖ ਸਕਦੇ ਜੀ, ਬਾਕੀ ਕੱਦ ਕਾਠ ਜਿਹੜਾ ਚੰਗਾ ਹੈ। ਠੀਕ ਹੈ ਵੀਰ ਜੀ, ਲਾਇਆ ਅੱਛਾ, ਇਸ ਤਰ੍ਹਾਂ ਹੀ ਬਹਿ ਜਾਓ ਭਾਵੇਂ। ਠੀਕ ਹੈ, ਆ ਦੇਖ ਸਕਦੇ ਜੀ, ਬੜੀ ਅਲੱਗ ਜਿਹੀ ਚੀਜ਼ ਆ ਜਾਂਦੀ ਹੈ ਜਿਹੜੀ ਇਹ ਵੀ। ਇਹ ਚੀਜ਼ਾਂ ਆਪਾਂ ਨੂੰ ਮੱਝਾਂ 'ਚ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ, ਗਾਵਾਂ ਅਕਸਰ ਆਪਾਂ ਨੂੰ ਠੰਡੀਆਂ ਸੀਲ ਜਿਹੜੀਆਂ ਵਾ ਮਿਲ ਜਾਂਦੀਆਂ। ਬਾਕੀ ਕੱਦ ਕਾਠ ਵੀ ਜਿਹੜਾ ਚੰਗਾ ਸੋਹਣਾ ਹੈ, ਉੱਚੇ ਕੱਦ ਕਾਠ ਦੀ ਆ। ਉਹ ਜਿਹੜੀਆਂ ਹੁਣ ਗਾਵਾਂ ਤੁਹਾਨੂੰ ਦਿਖਾਈਏ, ਗਾਂ ਜਿਹੜੀ ਤੁਹਾਨੂੰ ਪਹਿਲੇ ਨੰਬਰ 'ਤੇ ਦਿਖਾਉਣੀ ਆ, ਤਾਜ਼ੀ ਸੂਈ ਆ ਨਾੜੂ, ਆਪਾਂ ਜਿਹੜਾ ਇਹਦੇ ਨਾਲ ਹੀ ਦੇਖ ਸਕਦੇ ਹਾਂ। ਹਾਂਜੀ ਵੀਰ ਜੀ, ਦੱਸੀਏ ਫਿਰ ਇਹਦੇ ਬਾਰੇ ਵੀ ਆਪਾਂ। ਤੀਸਰੇ ਦਿਨ ਸੂਈ ਨੂੰ ਤੇ ਹਵਾਨਾ ਆਪਾਂ ਦੇਖ ਸਕਦੇ, ਸੋਹਣਾ ਹੈ। ਤੀਸਰੇ ਦਿਨ ਦੇ ਸੂਈ ਥੱਲੇ ਕਿੰਨਾ ਕੁ ਬੋਲਾ ਜੀ ਵੀਰ? ਬੋਲਾ 13 ਕਿਲੋ ਜੀ ਦੇ ਥੱਲੇ। ਅੱਛਾ, 13 ਲੀਟਰ ਬੋਲਾ, ਬਿਲਕੁਲ ਤਿਆਰ ਹੈ, ਬਿਲਕੁਲ ਤਿਆਰ ਆ। ਤੇ ਦੁੱਧ ਕਿੰਨਾ ਕੁ ਚਵਾ ਜੂਗੀ? 15-16 ਕਿਲੋ ਆਰਾਮ ਨਾਲ ਦਊਗੀ, ਦੁੱਧ ਵਾਲੀ ਬੜੀ ਆ। ਅੱਛਾ, 15-16 ਲੀਟਰ ਚਵਾ ਜੂ। ਹਾਂਜੀ, ਤੇ ਸੂਆ ਕਿੰਨਾ ਜੀ? ਇਹ ਸੂਆ ਦੂਜਾ ਜੀ, ਦੂਸਰਾ ਸੂਆ। ਹਾਂਜੀ, ਤੇ ਇਹਦਾ ਮੁੱਲ? ਮੁੱਲ ਦਾ 35 ਜੀ। ਅੱਛਾ, ਤੇ 32 ਦੇ ਦਾਂਗੇ, 32 ਦੀ ਦੇ ਦੋਗੇ, ਉੱਚੋ ਮਾਨ ਤਨ ਕਰ ਦਾਂਗੇ ਮਾਨ। ਅੱਛਾ, ਉੱਚੋ ਵੀ ਹੋ ਜੂਗਾ। ਆ ਦੇ ਸਾਦੇ ਜੀ, ਠੰਡੀ ਪੀਰੀ, ਤੁਸੀਂ ਇਹ ਵੀ ਵੇਖ ਲਓ। ਅੱਛਾ, ਕੋਈ ਰੱਸੀ ਨਹੀਂ, ਕੁਛ ਨਹੀਂ। ਅੱਛਾ, ਇਹ ਵੀ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਵਾ, ਜਿਸ ਤਰ੍ਹਾਂ ਮਰਜ਼ੀ ਬਹਿ ਜਾਓ। ਠੀਕ ਹੈ ਜੀ, ਠੀਕ ਹੈ ਵੀਰ ਜੀ, ਲਿਆ ਫਿਰ ਖੋਲੀਏ ਤੋਰੀਏ ਇੱਕ ਵਾਰੀ ਇਹਨਾਂ ਨੂੰ। ਪਸ਼ੂ ਜਿਹੜੇ ਠੰਡੇ 'ਤੇ ਰਹੀ ਆ ਵੀਰ ਜੀ ਇਹਨਾਂ ਕੋਲ। ਜਿਹੜਾ ਇਹਦਾ ਵੀ ਇੱਕ ਵਾਰੀ ਚੰਗੀ ਤਰ੍ਹਾਂ ਲੱਗ ਗਿਆ ਤਾਂ ਦੇਖ ਸਕਦੇ ਜੀ। ਠੀਕ ਹੈ ਵੀਰ ਜੀ, ਲੈ ਜਾਓ ਜੀ। ਅੱਛਾ, ਇਹ ਵੀ ਠੰਡੀ ਧੀਰੀ ਆ ਜਿਹੜੀ, ਬਿਲਕੁਲ ਠੀਕ ਹੈ। ਹਾਂਜੀ ਠੀਕ ਹੈ ਵੀਰ ਜੀ, ਲੈ ਜਾਓ ਜੀ। ਕੋਈ ਰੱਸੀ ਦੀ ਨਹੀਂ ਜ਼ਰੂਰਤ, ਕੋਈ ਕੁਝ ਨਹੀਂ, 32,000 ਦੀ ਵੀਰ ਜੀ ਹੁਣ ਇਹਦੇ ਕੇ ਆਪਾਂ ਦੇਵਾਂਗੇ। ਮਾਨਤਾਨ ਜਿਹੜਾ ਮੌਕੇ ਦੇ ਉੱਤੋਂ ਵੀ ਹੋ ਜੂਗਾ। ਬਾਕੀ ਹਵਾਨਾ ਜਿਹੜਾ ਗਾਹ ਨਾ ਵੀ ਸੋਹਣਾ, ਅਤੇ ਹਵਾਨਾ ਪਛਾਣ ਵੀ ਸੋਹਣਾ ਦਿਖਾਉਂਦੀ। ਇਸ ਤੋਂ ਬਾਅਦ ਇੱਕ ਜਰਸੀ ਤੁਹਾਨੂੰ ਬੜੀ ਪਿਆਰੀ ਦਿਖਾਉਣੀ ਹੈ।
हाँ देख सकते काफ़ी उच्ची कद काठ वाली जी जर्सी है तो हवाना भी थले चंगा सोहना तैयार करन दी काफ़ी प्यारी जी जर्सी है ये वाली बाकी थोड़ा डरती है साढ़े को थान बड़ा सोहना गुलाबी रंग का जो थान है ये कोल इतनी करे थोड़े के पिछे आ देख सकते जी बड़ा प्यारा जो थान है। हाँ जी वीर जी दस गए बारे भी चंगे रिकॉर्ड वाली है बाकी कद काठ भी बड़ा अलग है अपने बिलकुल सज्जन बंदे को अच्छा चंगी जर्सी है वेखन तो पता लगता की सोहनी जर्सी है बाकी कोई वीर फोन ला के अपना पुछ लवे सोहनी जर्सी है जिहड़ी वीर जी होनी कहिंदे कि तैयार करके जिहड़ी आपां वेचनी है। हाँ जी ठीक है वीर जी ला जी चेहरा भी वीर जी करिए दिखा दे फेस क्वालिटी रस्सी दी थोड़ा जहा कर दी बंद है फिर गल नहीं बाकी हवाना भी एदा सोहना गुलाबी जहा थान बड़ा प्यारा वा देख सकते जी अजे 20 दिन सोन से खड़ती तो हवाना आप देख सकते काफ़ी खूबसूरत है मुल का जरा फोन पर करना वा तो आओ जी हम तुम तीसरे नंबर से गां एक होर बड़ी प्यारी जी दिखाई है नॉर्मल ज्यादा कद आ। हाँ जी वीर जी ए बारे दस बारह सोन है अच्छा दूजे सूबे सोना है दूसरे सूबे सोना है दुध 12-13 किलो दिता है एरकी किन्ना चौथा वाद दूगी ਕਿੰਨਾ ਕੁ ਚਵਾਜੂ ਫਿਰ 14 ਕਿਲੋ ਦੇਈ ਜਾਊਗੀ ਅੱਛਾ 13-14 ਲੀਟਰ ਦੇਈ ਜਾਊਗੀ ਹਾਂਜੀ ਤੇ ਇਹਦਾ ਮੁੱਲ 30,000 ਜੀ ਅੱਛਾ 30,000 ਹਾਂਜੀ ਮਾਨ ਤਨ ਹੋ ਜੂ ਮੁੱਕੇ ਛੱਡ ਦਾਂਗੇ ਵਿੱਚ 28 ਦੀ ਦੇ ਦੋਗੇ ਦੇ ਦਾਂਗੇ ਲਿਆ ਫਿਰ ਖੋਲੋ ਤੋਰੀਏ ਨਾਰਮਲ ਸੇਵਾ ਤੇ ਕਿੰਨਾ ਕੁ ਦੁੱਧ ਫਿਰ ਵਿੱਚ ਵਾਈ ਨਾਰਮਲ ਸੇਵਾ ਤੇ 12-13 ਕਿਲੋ ਦੇਈ ਜਾਣ ਅੱਛਾ ਦੇਈ ਜਾਊਗੇ ਨਾਰਮਲ ਸੇਵਾ ਤੇ ਵੀਰ ਜੀ ਨੇ ਕਿੰਨੇ ਬਾਕੀ ਸਾਂਭੀ ਕਿਸ ਨੇ ਚੰਗੀ ਆ ਤੁਹਾਨੂੰ ਨਾ ਥੱਲੇ ਚੰਗਾ ਖੁੱਲਾ ਵਾ ਆਪਾਂ ਦੇਖ ਸਕਦੇ ਠੀਕ ਹੈ ਵੀਰ ਜੀ ਲੈ ਜੀ ਡਰਦੀ ਬਾਕੀ ਥੋੜਾ ਡਰਦੀ ਸਾਡੇ ਕੋਲ बाकी क्रॉस पंच आ ते फैट भी जी चंगी आऊगी बॉडी वेट जो बड़ा प्यारा है पूरी गोल आ सारे पास वैट अठाई हज़ार की वीर जी कहते कि आप देवे बाकी हवाने से जो ढिल चंगी बनू बहुत सोहनी तैयार होगी तो हम तुम एक होर आवली वैट तुम ताजी सूई एक दिखाई है जो बच्चा बच्चा क्या गया वीर जी मगर मगर नाड़ू आप देख सकते नाल ही अच्छा चौथा दिन सूई नू लप्पा जा लाया हाँ जी पहला सूआ सूई है अच्छा पहला सूआ ही है हाँ जी बाकी ठंडी धीरी आ लो तुम कोई रस्सी रस्सी कुछ नहीं अच्छा इस तरह ही बैठ जाना कोल बाकी लप्पा लुप्पा लाया बाकी चोन बड़ी चंगी है अच्छा जी हाँ जी हाँ देख सकते जी हवाना चंगा थाना थान भी चंगे ते एदे को किन्ना के बोला जी बोला मान लो 9-10 किलो है अच्छा 9-10 लीटर किन्ना के चवाजू है दुध मान लो 12 किलो 13 दे आराम ना देना इन्हें अच्छा जी किसी ने सामी नहीं है हाँ जी मछी उदा दुध वाली बड़ी है ठीक है हाँ जी हम मान लो स्टार्टिंग इना का 10 होगा 9 आप पक्का दसांगे ठीक है हाँ जी ते फिर तोरी एक करी मान लो कोई रस्सी रुसी पाउन दी अच्छा कोई रस्सी दी लोड नहीं है बाकी ताजी सूई है थोड़ी लप्पे च आ जड़ी गा ते दुध 9 लीटर दे करीब जेड़ा मौके ते कहंदे हैगा हाँ जी सारे दूर तो एक करी तुम दिखा दी चंगी तरह ठीक है वीर जी ला जा बन दिया जी चेहरा पाइरा देख सकते हैं क्रॉस च ही है भी तो फैट जी ये भी जी चंकी आऊगी बारह क लीटर वीर जी कहते कि नॉर्मल सेवा तो जो चवाई जाऊगी यदा जरा मुल पुछ दे ठीक है ठंडे सेल पुछ दो दोस्तों जो बड़ा वाधा आ जाता वा हवाना
26 ਦੀ ਦੇ ਦੋਗੇ ਹਾਂਜੀ ਦੇ ਦਾਂਗੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਜੀ ਮੈਂ ਜਿਹੜਾ ਸੂਆ ਚੋ ਕੇ ਖੜੋ ਹਾਂਜੀ ਗੱਬਣਿਆ ਪਾਸ ਕਰਕੇ ਖੜੋ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਤਸੱਲੀ ਕਰੋ ਤਿੰਨ ਕਰੋ ਹਾਂਜੀ ਤਸੱਲੀ ਅਗਲੇ ਦਾ ਫਰਜ਼ ਬੰਦਾ ਆਪਣੀ ਤਸੱਲੀ ਅੱਜ ਦਾ ਸਾਡੀ ਦਾ ਅੱਛਾ ਫਿਰ ਜਵਾ ਕੋ ਹੁਣ ਤੁਸੀਂ ਥੱਲੇ ਬਹਿ ਜਾਓ ਅੱਛਾ 11 ਕਿਲੋ 11:30 ਦਾ ਤੇ 10 ਦੀ ਗਰੰਟੀ ਆ ਠੀਕ ਹੈ ਜੀ ਭਾਵੇਂ ਧਾਰ ਤੇ ਬਹਿ ਜਾਓ ਠੀਕ ਹੈ ਇਤਨਾ ਚੋਲੋ ਨੂੰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਸ਼ੂ ਜਿਹੜੇ ਵੀਰ ਜੀ ਹੋਣਾ ਨੇ 5 ਵਕਾਊ ਕੀਤੇ ਆ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਚਵਾਈ ਕਰੇ ਪਾਸ ਕਰੇ ਤੇ ਫਿਰ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੇ ਪੂਰੇ ਦੇਖਣ ਲਈ ਬਹੁਤ ਬਹੁਤ ਧੰਨਵਾਦ